سارے کٹھے ہو گئے اور ایک قیادت دے تلے جمع ہیں. مارکا جس ویلے میں آغاز کی تہائی لوگ چھپ چھپ کے ڈر ڈر کے آدھے ہیں. اسا بینر نہ لے سوں, اسا پوسٹر نہ لے سوں, اسا تک ووٹ دے سوں 2013. یقین کرا ہے کہ میں آدم یار تواری مہربانی تارا احسان تاکہ تساں اپنے ووٹ دی طاقت صحیح جگہ تے استعمال کرو. تساں واقعی اپنا حق ادا کیتا, میں تہاڈا شکر گزار. الیکشن ہرن تو بعد عوام میں کچھ جتا دیتا دھاندلی دی وجہ تو ہرن تو بعد میرے اوتے امتحان آ جی میں تساں امتحان وچ کامیاب تھے آوے. 2013 دے الیکشن ہرن تو بعد ای غریب تے ایک امتحان آ, ایک پاسو 32,000 بندہ ہے, ایک پاسو ایک کلا بندہ ہے اپوزیشن ہے, اور مصیبت دا فیصلہ ہے, مصیبت دا مقابلہ ہے. میرے نال میرا اللہ ہی انہیں حبیب دا خاص کرم آئی. صرف تہاڈی طاقت نے میں کوئی 5 سال کڑوائیں, تہاڈی طاقت نے, میں یقین نہ رکھتا ہوں. اشرف خان میں کوشش کی تھی ہے تارک چوک دے لوگوں ہر جگہ دے دوست آئے حسن کہ جائیں ہی بندے جیڑے ہی بندے دروازے میں تورے واسطے کھول کے رکھے, فون کھول کے رکھے, میں کو یاد نہیں جائیں رفائی کم چھوٹا موٹا نشے, میں کو یاد نہیں اشرف رند نہ کیتی ہوئے کڑے نہ ہوں گی. میں تن دے کپڑے ویچ کے امام واسطے قربان کرنے واسطے تیار ہوں. میں قرض کرے سا اندے واسطے میں بھی دل رکھتا ہوں یار, میں بھی اولاد رکھتا ہوں, میں بھی سوچے نام کہ میں سکھ دا سا کہ نہ چھان تے بہاں, لیکن نہیں میں کچھ صرف 32,000 بندے دی بیعت بہن نہیں دی. مسلمان ہون دے ناطے میرے اوتے فرض ہے کہ جڑے لوگ کیونکہ انتقامی سیاست کریں گے مارکا یقین کرائے 2200 بندے تے ایف آئی آر کرائیے انہیں الیکشن والی نمہار, ایک بندے دا ایک روپیہ نہیں لگا دیتا, پرچہ خارج کروایا انہیں جیدے کنے انتقام کی دے. میں کوشش کیتی ہے کہ میں ان دی ڈھال بن ونا اور غریب دے نال کھڑا تھی ونا. مارکا ان دا رزلٹ اے ہے کہ اس حلقہ بندی تو بعد ہنجراہ خاندان دی سیاست دا جنازہ نکل گیا. میں کو حلقہ بندی تو بعد علاقے کو انہیں کٹوا دیتا سنا میں نال کٹوا دیتا نہیں, لیکن میں بندے نے تہاڈی خاطر اللہ تعالیٰ میں کو انصاف دیتے اور اللہ تعالیٰ نے تہاڈی ساری مدد کی دیے کہ اساں جو خیر اگر اساں سنا میں نال یاج غازی گھاٹ نہ رلے پہ ہوا سارا کوٹ دو نال واسطہ نہ ہو گیا, کوٹ دو دا کری ریٹ نہ پوچھیا جیلے مجھے کوٹ دو بنوا وہ کہنا یار توڑے تو بننا غازی پڑتے ہیں بھائی باس کی میرے نہ ہو.
ਪ੍ਰੈਸ ਕਰੇ ਸਾ ਆਪਣੀ ਸਪੀਚ ਜਾਰੀ ਰੱਖ ਸਕਦੇ ਜਨਾਬ ਮਰਕਾ ਮਲਿਕ ਸਾਹਿਬ ਤਸ਼ਰੀਫ ਦੇਣਾ ਮਲਿਕ ਸਾਹਿਬ ਤਸ਼ਰੀਫ ਦੇਣਾ ਸਹੀ ਮਾਸ਼ਾਅੱਲਾ ਬਹੁਤ ਜ਼ਬਰਦਸਤ ਇਸਤਕਬਾਲ ਕੀਤੇ ਤੁਸੀਂ ਮੈਂ ਤੁਹਾਡਾ ਸ਼ੁਕਰ ਗੁਜ਼ਾਰ ਹਾਂ ਬਾਰਿਸ਼ ਦੀ ਵਜ੍ਹਾ ਤੋਂ ਇੱਕ ਗਾਲ ਚਲਾਈ ਖੜਾ ਆਮੀ ਕਿ ਤਾਂ ਕਿ ਤੁਸਾਂ ਸਾ ਆਪਣੀ ਗਾਲ ਨੂੰ ਹਾਰ ਜਾਰੀ ਮਾਰਕਾ ਇਹ ਹਲਕਾ ਬੰਦੀ ਤੋਂ ਬਾਅਦ ਹੰਜਰਾ ਖਾਨਦਾਨ ਨੇ ਇੱਥੇ 35 ਸਾਲ 32 ਸਾਲ ਹਕੂਮਤ ਕੀਤੀ ਹੈ ਮੈਂ ਤੂੰ ਇਹ ਹਲਕੇ ਵਾਸਤੇ ਗਰੀਬ ਆਦਮੀ ਵਾਸਤੇ ਇੱਕ ਆਮ ਆਦਮੀ ਵਾਸਤੇ ਇੱਕ ਸ਼ਰੀਫ ਆਦਮੀ ਵਾਸਤੇ ਕੋਈ ਇੱਕ ਕਾਰਨਾਮਾ ਦੱਸ ਦੇਵੇਂ ਇੱਕ ਕੋਈ ਇੱਕ ਕੋਈ ਹੱਥ ਛੜਾ ਕਰੇ ਚਾ ਅਜਰਕਾਰ ਅਲਮਾਰ ਮਾਰਕਾ ਪਿਛੇ ਮਹੀਨੇ ਆਖਸਾ ਕਿ ਜਿਹੜਾ ਦਾਂਦ ਹਲ ਨਾ ਵਹਾਵੇ ਉਹ ਕੁਹਾ ਛੁੜੇ ਦਿਓ ਅਗਲੀ ਗੱਲ ਵੀ ਕਰੇ ਸਾ ਕਿ ਟਰੈਕਟਰ ਚੰਗਾ ਨਾ ਨਸਲ ਦਾ ਹੋਵੇ ਜਿਵੇਂ IMT ਆਏ ਹਨ ਤੇ IMT ਨੇ ਇੱਕ ਹਲ ਛਲ ਦੇ ਜੂਆ ਮਰੇ ਨੇ ਡੀਜ਼ਲ ਫੋਰ ਦੁਬਲੇ ਅਲੀ ਥੇ ਤੇ ਹਲ ਨਹੀਂ ਵਹਾਉਣੇ ਗਲਤੀ ਪਹਿਲੇ ਵਾਂਗੇ ਤੇ ਭੜਕਣ ਪਏ ਮੈਨੂੰ ਇਹ ਸਿਰਫ ਆਪਣੀ ਜ਼ਾਤ ਵਾਸਤੇ ਕੰਮ ਕਰੇ ਹਨ ਇਹ ਆਪਣੀ ਸਿਰਫ ਆਪਣੀ ਜੇਬ ਵਾਸਤੇ ਕੰਮ ਕਰੇ ਹਨ ਆਪਣੀ ਔਲਾਦ ਵਾਸਤੇ ਕੰਮ ਕਰੇ ਹਨ ਮਾਰਕਾ ਨਹਿਰੀ ਕਿਨੇ ਲੰਮੇ ਤੇ ਆਵਾਜ਼ ਪਿੱਛੋਂ ਆਉਂਦੀ ਪਈ ਹੈ ਹੱਥ ਖੜਾ ਕਰੋ ਪਿੱਛੋਂ ਆਵਾਜ਼ ਆਉਂਦੀ ਪਈ ਹੈ ਬੜੀ ਮਿਹਰਬਾਨੀ ਮੈਂ ਅਰਜ਼ ਕਰੇ ਸਾਂ ਕਿ ਇਹਨੇ ਤੁਹਾਡੇ ਵਾਸਤੇ ਮੇਰੀ ਕਿਨੇ ਲੰਮੇ ਤੇ ਕੋਈ ਮੈਗਾ ਪ੍ਰੋਜੈਕਟ ਨਹੀਂ ਦਿੱਤਾ ਤੁਹਾਡੀ ਰਿਫਾ ਵਾਸਤੇ ਕੋਈ ਕੰਮ ਨਹੀਂ ਕੀਤਾ ਔਰ ਜਿਹੜੇ ਬੰਦੇ ਨੇ ਆਪਣੇ ਚੋਰ ਲੀਡਰ ਨਾਲ ਵਫਾ ਨਹੀਂ ਕੀਤੀ ਉਹ ਤੁਹਾਡੇ ਸਾਰੇ ਨਾਲ ਕਿਆ ਕਰੇ ਸਨ ਮੈਂ ਕਰਜ ਕਰੇ ਸਾਂ ਕਿ ਚੋਰ ਚੋਰੇ ਦੇ ਯਾਰ ਹੁੰਦੇ ਇਹ ਵਧੇ ਯਾਰ ਹਨ ਮੈਂ ਇਮਰਾਨ ਖਾਨ ਸਾਹਿਬ ਦੇ ਜਲਸੇ ਚ ਆਖਿਆ ਹਾਂ ਕਿ ਜਿਹੜੇ ਚੋਰ ਕੋ ਤੁਸਾਂ ਕੋਰਟ ਚ ਖੜਾ ਕੀਤੇ ਉਹਦੇ ਪਾਰਟਨਰ ਇੱਥੇ ਬੈਠੇ ਨੇ ਉਹ ਨੂੰ ਛੋਟੇ ਪੁੱਤਰ ਦਾ ਪਾਰਟਨਰ ਬਣਾਏ ਨੇ ਵੱਡਾ ਭੱਜ ਗਏ ਹੁਣ ਆਖੇ ਮੇਰਾ ਕੰਮ ਨਹੀਂ ਬਸ ਮੈਂ ਥੱਕ ਗਿਆ ਮਾਰਕਾ ਜਿਸ ਵੇਲੇ ਇਹਨਾਂ ਦੇ ਘਰ ਦੀ ਖਿੜਕੀ ਵੀ ਨਹੀਂ ਬੰਦੀ ਇਹ ਇੱਕ ਪੇਚ ਤੇ ਕੋਈ ਨਹੀਂ ਇਹ ਜੀਪ ਦੇ ਟਾਇਰ ਪਿੰਚਰ ਠੀਕ ਨੇ ਹੁਣੇ ਮੈਂ ਦੇਦਾ ਆਇਆ ਫੇਸਬੁੱਕ ਤੇ ਲੱਗਦਾ ਪਿਆ ਕਿ ਉਹ ਐਕਸੀਡੈਂਟ ਠੀਕ ਗਈ ਹੈ ਉਹ ਐਕਸੀਡੈਂਟ ਦੀ ਖੈਰ ਹੈ ਜੀਪ ਔਰ ਸ਼ੇਰ ਦਾ ਜੋੜ ਨਹੀਂ ਬਣਦਾ ਮਾਰਕਾ ਇਹਨੇ ਦੀ ਸਟ੍ਰੈਟੇਜੀ ਇਹੀ ਵੇ ਕਿ ਤੁਹਾਨੂੰ ਸਿਰਫ ਧੋਖਾ ਦੇ ਕੇ ਇਹ ਵਲਾ 6ਵੀਂ ਦਫਾ ਧੋਖਾ ਨਹੀਂ ਉਹਨਾਂ ਦੇ ਪੈਣ ਖੁਦਾ ਵਾਸਤੇ ਤੁਸੀਂ 5 ਦਫਾ ਇਹਨੇ ਕੋ ਉਧਾਰ ਦਿੱਤੀ ਖੜੇ ਹੋ ਇਹਨੇ ਕਿੰਨੇ ਪਿਛਲੇ 5 ਉਧਾਰ ਹੀ ਵਾਪਸ ਕਰਨੇ ਤੇ ਇਹਨੇ ਕਿੰਨੇ ਪੁੱਛਣਾ ਵੀ ਹੈ ਤੁਸੀਂ ਕੀਤੇ ਕਿਤੇ ਹਨ ਉਹ ਇਨਸ਼ਾਅੱਲਾ ਤੁਸੀਂ ਮੈਂ ਕੁੱਤਾ ਕਰ ਦਿੱਤੀ ਮੈਂ ਪੁੱਛ ਲਿਖੇ ਸਾਂ ਮੈਂ ਤੁਹਾਨੂੰ ਅੱਜ ਇੱਕ ਗੱਲ ਯਾਦ ਕਰਵੇ ਸਾਂ ਕਿ ਜਿਹੜੇ ਵੇਲੇ ਸੈਲਾਬ ਆਇਆ ਤੁਸਾਂ ਅਸਾਂ ਸਾਡੇ ਅਬਾ ਅਜਦਾਦ ਸਾਡੇ ਮਾਲ ਅਸਾਂ ਰੁੜਦੇ ਵਧੇ ਅਸੇ ਸਾਡੇ ਖੂਨ ਲੁੜਦੇ ਪਏ ਹਨ ਦਾਣੇ ਲੁੜਦੇ ਪਏ ਹਨ ਉਹ ਸੀਨ ਯਾਦ ਕਰੋ ਜ਼ਰਾ ਅੱਖੀ ਨੂਰ ਕੇ ਦੇਖੋ ਉਹਦਾ ਜ਼ਿੰਮੇਦਾਰ ਕੌਣ ਆ ਅਗਰ ਸਾਰੇ ਵਿੱਚ ਇਮਾਨ ਹੈ ਮੈਂ ਖੁਦਾ ਦੀ ਕਸਮ ਕਰਕੇ ਆਦਾ ਬੈਠਾ ਕਿ ਸਾਰਾ ਬਦਲਾ ਕੀ ਨਹੀਂ ਅੱਜ ਬਦਲੇ ਦਾ ਟਾਈਮ ਆ ਕੇ ਬਈ ਇਹਨਾਂ ਕੋਈ ਕੁੱਟ ਛੋੜੋ ਮੈਂ ਵੀ ਇਹ ਅਰਜ਼ ਕਰੇ ਸਾਂ ਸਵੇਰੇ ਇੱਕ ਮਲਿਕ ਸਾਹਿਬ ਕਹਿਣ ਵੋਟ ਮੰਗਣ ਇੱਕ ਜਾਤ ਹੈ ਉਹਨੇ ਕਿ ਅਸੀਂ ਅਸਾਂ ਤੁਹਾਡੇ ਕਿਨੇ ਆਏ ਅਸੇ ਤੁਸਾਂ ਸਾਖੂ ਆਖਿਆ ਸਾਖੂ ਦੇ ਵੋਟ ਤੋਂ ਮਿਲ ਜਾਣ 10% ਤੁਹਾਡਾ ਕੰਮ ਕਿਹੜੀ ਸ਼ਾਇਦ ਆ ਕਰੂੰ ਤਾਂ ਕੁਝ ਯਾਦ ਹੈ ਗਾ ਉਹਨਾਂ ਕਿ ਮੈਂ ਕਹਿ ਕੋ ਆਖਿਆ ਉਹ ਨੌਜਵਾਨ ਨਾਲ ਖੜਾ ਉਹਨੇ ਕਿ ਅਸੀਂ ਮੈਂ ਕੋ ਆਖਿਆ ਹੋਵੇ ਮਲਿਕ ਸਾਹਿਬ ਮਨਿਸਟਰ ਸਾਹਿਬ ਮੈਂ ਕੋ ਆਖਿਆ ਹੋਵੇ ਯਾਰ ਨੇ ਹੁਣ ਤਾਂ ਮੈਂ ਕੋ 5 ਦਾ ਨਹੀਂ ਲੱਗਦੇ ਹੁਣ ਤਾਂ 5 ਮਿਲ ਸਨ ਹੁਣ ਮੈਂ ਕੋ ਲੱਗਦੇ ਇਨਸ਼ਾਅੱਲਾ 5 ਨਾ ਮਿਲ ਸਨ ਉਹਨੇ ਦਾ ਏਜੰਟ ਹੀ ਨਹੀਂ ਲਾ ਉਹਨੇ ਦੀ ਏਜੰਟ ਦੀ ਸਾਲ ਹੀ ਨਹੀਂ ਮਾਰਕਾ ਮੈਂ ਇੱਕ ਵੀ ਗੱਲ ਤੋਂ ਕਰੇ ਸਾਂ ਕਿ ਉਹ ਦਿਨ ਅਸਾਂ ਆਜ਼ਾਦ ਲੜਦੇ ਪਏ ਐਮਐਨਏ ਤੇ ਸਾਡਾ ਮੁਕਾਬਲਾ ਹੈ ਓਏ ਬਦਬਖਤੋ ਤੁਹਾਨੂੰ ਪਿਛਲੀ ਦਫਾ ਆ ਰਹੀ ਐਮਐਨਏ ਬਣਾ ਗਏ ਹਨ ਰਾਏ ਦਾ ਵੋਟ ਮਿਲਿਆ ਚੌਕ ਮੁੰਡੇ ਰਾਏ ਤੋਂ ਵੋਟ
ਪਿਤਾ ਤੁਸੀਂ ਮੈਨੇ ਬਣਿਆ ਵੇ ਤੁਸੀਂ ਫੁੱਲ ਛੋੜ ਦਿਓ ਰਾਈ ਤੁਹਾਡਾ ਪੂਛਣ ਨਹੀਂ ਗਰਦਨ ਚੁੱਕ ਸਕੀਏ 30,000 ਤੁਹਾਡਾ ਧਾਂਦਰੀ ਦਾ ਵੋਟ ਆ 15,000-20,000 ਰਾਈ ਦਾ ਵੋਟ ਆ 50,000 ਤੁਸੀਂ ਟੋਟਲ ਕੀਤਾ 30,000 ਤੱਕ ਤੋਹਫੇ ਚ ਮਿਲਿਆ ਈ ਦਫ਼ਾ ਨਾ ਤੱਕ ਤੋਹਫੇ ਮਿਲ ਸਨ ਤੇ ਨਾ ਰਹੀ ਨੇ ਇਨਸ਼ਾਅੱਲਾ ਸਫਾਈ ਥਈ ਪਈ ਮਾਰਕਾ ਬਾਕੀ ਆਏ ਵਦਨ ਛੋਟੇ ਮੋਟੇ ਦੋਸਤ ਮੈਂ ਡਿਸਕਸ ਨਾ ਕਰੇ ਸਾਂ ਉਹ ਸਿਰਫ ਉਹਨਾਂ ਦੇ ਭੇਜੇ ਹੋਏ ਨੇ ਮੱਤਾਂ ਹੰਜਰਾ ਜੀਤ ਪਵਨ ਉਹ ਸਵੇਰੇ ਸ਼ਾਮ ਫਾਈਨਾਂਸਿੰਗ ਉਠਾਓ ਥੀਂਦੀ ਹੈ ਅੱਜ ਮੈਂ ਕੋ ਖਬਰ ਮਿਲੀ ਹੈ ਇੱਕ ਬੰਦਾ ਜੋ ਕੋ ਕੰਮ ਆ ਉਹ ਕਹਿੰਦੀ ਡੇਢ ਫੋਨ ਕੀਤੇ ਹੰਜਰਾ ਹਾਊਸ ਤੇ ਬੰਦਾ ਵਿੱਚ ਬੈਠਾ ਉਹਨਾਂ ਕਹਿੰਦੀ ਮਲਿਕ ਸਾਹਿਬ ਫਿਲਾਨਾ ਕੰਮ ਤਾਂ ਕਰਾ ਦੇਊਂ ਇਹ ਬਦਬਖਤ ਤੂੰ ਉਹਨੇ ਕੁਛ ਸਟੇਜ ਤੇ ਮੰਦਰ ਕੱਢਦੇ ਕੰਮ ਹੈ ਕਿ ਨਹੀਂ ਕਹਿੰਦੇ ਹਕੀਕਤ ਆ ਤਾਂ ਬਿੱਠਾ ਨਾ ਨਹੀਂ ਕਹਿੰਦਾ ਬੰਦਾ ਦੇ ਮੌਸਮ ਖਰਾਬ ਹੈ ਮੇਰੇ ਕੋ ਮਜ਼ਾ ਆਇਆ ਖੜੇ ਦੇ ਮੌਸਮ ਖਰਾਬ ਹੈ ਮੌਸਮ ਠੀਕ ਹੈ ਇਹੀ ਕੋ ਖਰਾਬ ਲੱਗਦਾ ਪਰ ਮੇਰਾ ਮੌਸਮ ਠੀਕ ਹੈ ਅਲਹਮਦੁਲਿਲਾ ਸੁਮਾ ਅਲਹਮਦੁਲਿਲਾ ਜਿਹੜੀ ਮਿਹਨਤ ਤੁਸਾਂ ਔਰ ਅਸਾਂ ਕੀਤੀ ਆਈ ਇਮਰਾਨ ਖਾਨ ਨੇ ਕੀਤੀ ਹੈ ਉਹਦੇ ਚਾਵਣ ਦਾ ਫਲ ਦਾ ਟਾਈਮ ਆ ਗਏ ਤੁਸਾਂ ਲੋਕ ਇਨਸ਼ਾਅੱਲਾ ਸਾਕੂ ਅਸੈਂਬਲੀ ਅੱਜ ਵੀ ਜੇਸੋ ਮਲਿਕ ਸਾਹਿਬ ਤੇ ਮੈਕੂ ਮੈਂ ਇਨਸ਼ਾਅੱਲਾ ਤੁਹਾਨੂੰ ਵਾਅਦਾ ਕਰਨਾ ਜੇ 5 ਸਾਲ ਪਹਿਲੇ ਅਪੋਜੀਸ਼ਨ ਵਿੱਚ ਬੈ ਕੇ ਮੈਂ ਤੁਹਾਡੀ ਖਿਦਮਤ ਕੀਤੀ ਹੈ ਅੱਲਾ ਇਕਤਦਾਰ ਦਿੱਤਾ ਮੈਂ ਤੁਹਾਡੇ ਨਾਲ ਵਾਅਦਾ ਕਰਨਾ 3 ਵਾਅਦੇ ਕਰਨਾ ਬਾਕੀ ਮੇਰੇ ਅੱਲਾ ਦੀ ਮਰਜ਼ੀ ਹੈ ਅੱਲਾ ਮੈਂ ਕੋ ਟਾਈਮ ਦਿੱਤਾ ਮੈਂ ਤੁਹਾਡੇ ਇਹ ਹਸਪਤਾਲ ਕੋ ਠੀਕ ਕਰਕੇ ਦਿਖੇ ਸਾਂ ਇਹ ਹਸਪਤਾਲ ਕੋ ਠੀਕ ਕਰਕੇ ਦਿਖੇ ਸਾਂ ਮੈਂ ਤੁਹਾਡੇ ਇਹ ਥਾਣੇ ਕੋ ਠੀਕ ਕਰਕੇ ਦਿਖੇ ਸਾਂ ਉਹ ਤੁਸੀਂ ਅੱਜ ਕੱਲ੍ਹ ਮੈਂ ਉਹ ਪਨਾ ਦਾ ਬੈਠਾ ਕਿ ਥਾਣੇ ਤੇ ਨਜਾਇਜ਼ ਪਰਚਾ ਨਾ ਥੀ ਸੀ ਅੱਜ ਕੱਲ੍ਹ ਪਟਵਾਰੀ ਤੁਹਾਡੇ ਕਿਨੇ ਪੈਸੇ ਨਾ ਮੰਗ ਸੀ ਅੱਜ ਕੱਲ੍ਹ ਬੰਦੇ ਦੇ ਪੁੱਤਰ ਵੀ ਨਹੀਂ ਖੜੇ ਹੋ ਸਨ ਕਿਉਂਕਿ ਉਹਨੇ ਦਾ ਹਿੱਸੇਦਾਰ ਮਰ ਗਏ ਉਹਨੇ ਦਾ ਹਿੱਸੇਦਾਰ ਮਰ ਗਏ ਮਾਰਕਾ ਅਸਾਂ ਲੋਕ ਤੁਸਾਂ ਲੋਕ ਮਿਲ ਕੇ ਇਹਨੇ ਬਦਬਖਤੇ ਕੋ ਯਾਨੀ ਤੁਹਾਡੇ ਵੋਟ ਦੀ ਤਾਕਤ ਨਾਲ ਤੁਹਾਡੇ ਵੋਟ ਦੀ ਤਾਕਤ ਨਾਲ ਹੁਕਮਰਾਨੀ ਕਰਨਾ ਇਨਸ਼ਾਅੱਲਾ ਮੈਂ ਤੀਜਾ ਵਾਅਦਾ ਕਰਨਾ ਤੁਹਾਡੇ ਨਾਲ ਕਿ ਤੁਹਾਡੇ ਇਹ ਸਕੂਲ ਹੋ ਸਨ ਇਹ ਸਕੂਲ ਹੋ ਸਨ ਗਰੀਬ ਦਾ ਬਾਲ ਅਮੀਰ ਦਾ ਬਾਲ ਬਰਾਬਰ ਪੜ੍ਹਸੀ ਔਰ ਅੱਛੀ ਤਾਲੀਮ ਹਾਸਲ ਕਰੇ ਸੀ ਇਹ ਤਰਾਏ ਹਨ ਵਾਅਦੇ ਮੈਂ ਬੜੀ ਖੁੱਲੀ ਗੱਲ ਕਰ ਛੋੜਾਂ ਮੇਰੇ ਵੋਟਰ ਕੋ ਧਮਕਾਇਆ ਵੇਂਦਾ ਪਏ ਮੇਰੇ ਵੋਟਰ ਕੋ ਪ੍ਰੈਸ਼ਰਾਈਜ਼ ਕੀਤਾ ਵੇਂਦਾ ਪਏ ਮੈਂ ਉਹਨੇ ਕੋ ਖੁੱਲਾ ਪੈਗਾਮ ਲਿਆਉਣਾ ਚਾਹੁੰਦਾ ਜੇ ਮੈਂ ਤੁਹਾਡੇ ਗੋਡੇ ਕਿਨੇ 8 ਸਾਲ ਦੀ ਲੜੀ ਅਬਸਾ ਚਮਚੇ ਕਿਨੇ ਕੀਆਂ ਦਰਸਾਂ ਮੈਂ ਚਮਚਾ ਤਾਂ ਚਮਚਾ ਹੀ ਉਹਨੇ ਟੁੱਟਾ ਵੇਂਦਾ ਡੰਨੀ ਕਮਜ਼ੋਰ ਹੋਵੇ ਟੁੱਟੀ ਵੇਂਦੀ ਹੈ ਤੇ ਮੈਂ ਜੱਟਾਂ ਮੈਂ ਹੱਥ ਨਾਲ ਖਾ ਸਕਦਾ ਮੈਂ ਕੋ ਚਮਚੇ ਦੀ ਜ਼ਰੂਰਤ ਹੀ ਕਹਿ ਨਹੀਂ ਇਨਸ਼ਾਅੱਲਾ ਅੱਲਾ ਟਾਈਮ ਦਿੱਤਾ ਮਾਰਕਾ ਪਿੱਛੋਂ ਆਜਨ ਸਿੰਘ ਮੌਸਮ ਖਰਾਬ ਹੈ ਹੇਕ ਅਹਿਸਾਨ ਕਰੇ ਸੋ ਬਹੁ ਵੱਡਾ ਇਤਮਾ ਹੈ ਬਹੁ ਵੱਡੇ ਜ਼ਿਆਦਾ ਲੋਕ ਹੀ ਵੇ ਅੱਲਾ ਤੁਹਾਡਾ ਭਲਾ ਕਰੇ ਮੈਂ ਇਕੱਲਾ ਬੰਦਾ ਹਾਂ ਇਹ ਮੈਡਾ ਇਲੈਕਸ਼ਨ ਨਹੀਂ ਇਹ ਇਮਰਾਨ ਖਾਨ ਦਾ ਇਲੈਕਸ਼ਨ ਨਹੀਂ ਇਹ ਤੁਹਾਡਾ ਤੁਹਾਡੀ ਆਉਣ ਵਾਲੀ ਨਸਲ ਦਾ ਇਲੈਕਸ਼ਨ ਹੈ ਇਹ ਸਾਰੀਆਂ ਚੀਜ਼ਾਂ ਮੈਂ ਤਬ ਪੂਰਾ ਕਰ ਸਕਦਾ ਮੈਂ ਕਈ ਦੋਸਤ ਕਿਨੇ ਪਹੁੰਚ ਸਕਾਂ ਨਾ ਪਹੁੰਚ ਸਕਾਂ ਇਹ ਮੇਰਾ ਘਰ ਹੈ ਤੁਸੀਂ ਮੇਰੇ ਘਰ ਦੇ ਫਰਦ ਹੋ ਮੇਰੇ ਭਰਾ ਹੋ ਮੇਰੇ ਮੁੰਡਾ ਬਣੋ ਆਪ ਉੱਠੀ ਕੇ ਵੋਟ ਮੰਗੋ ਔਰ ਇਮਰਾਨ ਖਾਨ ਕੋ ਕਾਮਯਾਬ ਕਰੋ ਆਪਣੇ ਭਰਾ ਕੋ ਕਾਮਯਾਬ ਕਰੋ ਅਸ਼ਰਫ ਖਾਨ ਮਲਿਕ ਸਾਹਿਬ ਸਾਹਮਣੇ ਬੈਠਣ ਮੈਂ ਇੱਕ ਜ਼ਰੂਰ ਆਖਸਾ ਕਿ ਮਲਿਕ ਸਾਹਿਬ ਨੇ ਪਿਛਲੇ ਆਪਣੇ ਦੌਰ ਚ ਜਿਹੜੀ ਤੁਹਾਡੀ ਖਿਦਮਤ ਕੀਤੀ ਹੈ ਮੈਂ ਇੱਕ ਆਖ ਜ਼ਰੂਰ ਆਖ ਸਕਦਾ ਹੈਗਾ ਕਿ ਹੰਜਰਾ ਖਾਨ ਦੇ ਖਾਨਦਾਨ ਦੇ 35 ਸਾਲ ਤੇ ਇਹਨੇ ਦੇ 28 ਸਾਲ ਵਾਲੀ ਇਹ ਜੋੜ ਨਾ ਬਣੇ ਸੀ ਇੱਕ ਗੱਲ ਤਰੱਕੜੀ ਦੇ ਤੋਲ ਚ ਰੱਖੀ ਕਰੋ ਕਿ ਇਹਨੇ ਦੇ 28 ਸਾਲ ਉਹਨੇ ਦੇ 32 ਸਾਲ ਉਹ ਥਾਣਾ ਕਚਹਿਰੀ ਪਟਵਾਰੀ ਵਾਲੇ ਮਲਿਕ ਸਾਹਿਬ ਇੱਕ ਲੈਵਲ ਦੇ ਸਿਆਸਤਦਾਨ ਬੜੀ ਮਿਹਰਬਾਨੀ ਅਸਲਾਮ ਵਾਲੇ